पंजाब दीआं पंचायती चोणां लोकतंत्र दा थम पैण दे विच तिन दिन रह गए ने। चोण प्रचार है जिहड़ा धुआंधार हो रहा है ते हरेक कैंडीडेट है जिहड़ा उम्मीदवार है अपने घरां दे विच जाके अपने पक्ष दे विच जिहड़ा प्रचार कर रहा है। असीं खड़े हाँ हुण मौजूद मानसा जिले दे पिंड टांडियां विखे, तुहानूं दिखा रहे हैं किस तरह सरपंची दे उम्मीदवार गुरप्रीत सिंह दे पक्ष दे विच लोक नारेबाजी कर रहे हैं। किस तरह तुसीं देख रहे हो तस्वीरां दे विच टांडियां पिंड दे जिहड़े सूझवान ते बेदाग समाज सेवी इमानदार गुरप्रीत सिंह सरपंची दी चोण लड़ रहे ने अपने कोले मौजूद ने। आपां गलबात करांगे किस तरह इह अपने जे जितदे आ परमात्मा नूं जित प्राप्त करू तां किस तरह अपना विकास करदे आ। सब तों पहले तुहाडा स्वागत करदे आ जी। हांजी सद्दे ते इत्थे पहुंचे ते सारे मेरे वोटरां नूं सूझवान वोटरां दा धन्नवाद करदा, इन्हां ने मेरे हक विच चोण प्रचार दी मुहिम बहुत। की नां है गुरप्रीत सिंह जी तुहाडा ते कित्थों चोण लड़ रहे? मेरा नां है गुरप्रीत सिंह, सन ऑफ गुरदीप सिंह, पिंड टांडियां दी सरपंची चोण लड़ रहे हैं जी। जो रब तुहानूं देखो उम्मीदवार बनाओ जिते उम्मीदवार तुसीं जितन, की पिंड दे विकास है जिहड़े पहल दे आधार ते? कुछ कम असीं सरपंची तों पहलां करे आ जी, जिवें हो गया पिंड विच सीवरेज जी, उह हाले कम साडा पूरा मुकम्मल हो चुक्या है ਤੇ ਵਾਟਰ ਬਾਕਸ ਪਾਣ ਨਹਿਰੀ ਪਾਣੀ ਮੰਨ ਲਓ ਪੀਣ ਵਾਲਾ ਉਹ ਪੈਪ ਲੈਣਾ ਪਾਈਆਂ ਤੇ ਬਾਕੀ 40 ਕ ਤਕਰੀਬਨ 40 ਘਰ ਐਸੀ ਪਰਿਵਾਰਾਂ ਦੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਉਹਨਾਂ ਨੂੰ ਦਵਾ ਚੁੱਕੇ ਆ। ਹਲੇ 20-25 ਘਰ ਹੋਰ ਪੈਂਡਿੰਗ ਪਏ ਆ ਜੋ ਚੋਣ ਜਾਬਤਾ ਲੱਗਣ ਕਰਕੇ ਰੁਕ ਗਏ। ਉਸ ਤੋਂ ਬਾਅਦ ਅਸੀਂ ਕਮ ਸੇ ਕਮ 100 ਘਰ ਸਾਡੇ ਇਹੋ ਜਿਹੇ ਆ ਗਰੀਬ ਪਰਿਵਾਰ ਆ, ਜਿਵੇਂ ਆਹ ਮੁੰਡਾ ਖੜਾ ਹੈਗਾ ਇਹ ਦੇਖ ਲਓ ਇਹਨਾਂ ਦੇ ਕੋਲੇ ਰਹਿਣ ਨੂੰ ਛੱਤ ਹੈ ਨਹੀਂ ਜੀ ਜੀ। ਇਹਨਾਂ ਵਾਸਤੇ ਇਹੋ ਜਿਹੇ ਪਰਿਵਾਰਾਂ ਵਾਸਤੇ ਦੀ ਮਦਦ ਵਾਸਤੇ ਘਰਾਂ ਦੀ ਯੋਜਨਾ, ਸਾਡੇ ਪਿਛਲੇ ਸਰਪੰਚ ਸਾਹਿਬ ਨੇ ਪਲਾਟ ਵੰਡੇ ਸੀ 5-5 ਮਰਲਿਆਂ ਦੇ ਗਰੀਬਾਂ ਚ, ਉਹਨਾਂ ਦੇ ਵਿੱਚ ਨਾ ਲੈਣਾ ਲੰਘਦੀਆਂ 3 ਬਿਜਲੀ ਦੀਆਂ ਜੀ। ਦੇਖੋ ਉਹਦੇ ਵਾਸਤੇ ਕੋਈ ਸਪੈਸ਼ਲ ਫੰਡ ਨਹੀਂ ਆਉਂਦਾ, ਬਿਲਕੁਲ ਕੋਈ ਗ੍ਰਾਂਟ ਨਹੀਂ ਆਉਂਦੀ। ਉਹ ਅਸੀਂ ਜਾਂ ਤਾਂ ਮੁੱਖ ਮੰਤਰੀ ਮੰਨ ਲਓ ਫੰਡ ਵਿੱਚੋਂ ਲੈ ਕੇ MLA ਸਾਹਿਬ ਤੋਂ ਚਾਹੇ ਆਪਦੇ ਘਰੋਂ ਕਰਕੇ ਉਹ ਅਸੀਂ ਤਾਰਾਂ ਉਹ ਕਲੋਨੀਆਂ ਚੋਂ ਬਾਹਰ ਕਰਾਵਾਂਗੇ, ਠੀਕ ਹੈ ਜੀ। ਬਾਕੀ ਪਿੰਡ ਵਿੱਚ ਅਸੀਂ ਜਿਵੇਂ ਮੰਨ ਲਓ ਸਾਡੇ ਫੌਜੀ ਵੀਰ ਹੈ ਮੇਰੇ ਪਿੰਡੋਂ ਨਾ 80-85 ਫੌਜੀ ਹੈਗੇ ਜੀ ਜੀ, ਬਹੁਤ ਜ਼ਿਆਦਾ ਵਧੀਆ ਗਿਣਤੀ ਹੈ ਮੇਰੇ ਪਿੰਡ ਇਸ ਚੀਜ਼ ਦੀ, ਆਰਮੀ ਚ ਮੁੰਡੇ ਸਿਲੈਕਟ ਹੋਏ ਆ। ਉਹਨਾਂ ਦੀ ਮੰਗ ਹੈ ਵੀ ਸਾਡੇ ਨਾਂ ਤੇ ਇੱਕ ਗੇਟ ਬਣਾਇਆ ਜਾਵੇ, ਬਿਲਕੁਲ, ਤੇ ਉਹਨਾਂ ਦੀਆਂ ਫੋਟੋਆਂ ਲਾਈਆਂ ਜਾਣ ਜੀ ਜੀ। ਇਹ ਕੰਮ ਅਸੀਂ ਪਹਿਲ ਦੇ ਦਰ ਤੇ ਕਰਾਂਗੇ, ਫੌਜੀ ਵੀਰਾਂ ਦੇਸ਼ ਦੀ ਰਾਖੀ ਕਰਦੇ ਆ ਨਾਲ ਪੰਜਾਬ ਦਾ ਵੀ ਆਪਣੇ ਦਾ ਮਾਣ ਸਨਮਾਨ ਵੱਧਦਾ ਜੀ। ਉਸ ਤੋਂ ਬਾਅਦ ਆ ਗਿਆ ਜੀ ਆਪਣਾ ਜਿਵੇਂ ਗਲੀਆਂ ਸਾਡੇ, ਇੱਕ ਤਾਂ ਆਹ ਗਲੀ ਪੱਕੀ ਹੈ, ਇੱਕ ਹੋਰ ਹੈ, ਐਸੀ ਗੱਲ ਨੀ ਵੀ ਪਹਿਲਾਂ ਸਰਪੰਚਾਂ ਨੇ ਕੰਮ ਨੀ ਕਰਿਆ, ਬਿਲਕੁਲ ਗੱਲ ਕਰਿਆ ਜੀ, ਉਹ ਥੋੜਾ ਜਿਹਾ ਹੌਲੀ ਹੌਲੀ ਚੱਲਦਾ ਸੀ ਪ੍ਰੋਸੀਜਰ ਦੇ ਹਿਸਾਬ ਨਾਲ। ਜੇ ਆਪਾਂ ਗੱਲਬਾਤ ਕਰੀਏ ਆ ਮਾਡਰਨ ਹੋ ਰਿਹਾ ਤੇ ਪਿੰਡ ਵੀ ਮਾਡਰਨ ਬਣਾਉਣਾ ਚਾਹੁੰਦੇ? ਹਾਂਜੀ, ਮਾਡਰਨ ਸਾਥਾਂ ਬਣਾਵਾਂਗੇ, ਪਾਰਕਾਂ ਬਣਾਵਾਂਗੇ, ਠੀਕ ਹੈ, ਲਾਇਬ੍ਰੇਰੀਆਂ ਬਣਾਵਾਂਗੇ, ਸਕੂਲ ਅਪਗ੍ਰੇਡ ਕਰਾਵਾਂਗੇ। ਇੱਕ ਮੈਂ ਪਹਿਲਾਂ ਭੁੱਲ ਗਿਆ ਸੀਗਾ ਜੀ, ਸਕੂਲ ਵਿੱਚ ਸਾਡੇ ਨਾ 4 ਦੀਵਾਰੀ ਦੀ ਕਮੀ ਸੀ ਜਿਹੜੀ ਕੁਛ ਡਿੱਗ ਪਈ ਸੀ, ਕੁਛ ਹੋ ਗਿਆ ਸੀ। MLA ਸਾਹਿਬ ਤੋਂ DC ਰਾਹੀਂ ਅਸੀਂ 10 ਲੱਖ ਦਾ ਚੈੱਕ ਲੈ ਕੇ ਉਹ ਬਣਵਾਈ, 1.5 ਲੱਖ ਚ ਉੱਥੇ ਰੰਗ ਰੋਗਣ ਕਰਾਇਆ। ਸਕੂਲ ਸਾਡਾ ਬਹੁਤ ਸੋਹਣਾ ਸਮਾਰਟ ਸਕੂਲ ਬਣਾਇਆ ਹੋਇਆ ਤੇ ਬਾਕੀ ਜਿਵੇਂ ਹੁਣ ਜੀ ਆਪਣੇ ਆਹ ਨਾਲੀਆਂ ਗਲੀਆਂ ਤਾਂ ਹੋ ਹੀ ਗਿਆ ਸਾਡੇ ਨਾ, ਪਹਿਲਾਂ ਸੂਆ, ਪਹਿਲਾਂ ਤਾਂ ਸੂਆ ਬਣਦੇ ਸੀ, ਧੰਨਵਾਦ ਕਰਦੇ MLA ਸਾਹਿਬ ਦਾ, ਪੂਰੀ ਸਮੁੱਚੀ ਸਰਕਾਰ ਦਾ, ਨਹਿਰੀ ਵਿਭਾਗ ਮਹਿਕਮੇ ਦਾ, ਉਹਨਾਂ ਨੇ ਸਾਡੇ ਪਿੰਡ ਟੇਲ ਹੈ ਪਾਣੀ ਦੀ, ਟੇਲ ਹੋਣੀ ਕਰਕੇ ਸਾਡੇ ਪਹਿਲਾਂ ਨਹਿਰੀ ਸਿੰਚਾਈ ਹੁਣ ਸਹੀ ਨੀ ਸੀ ਹੁੰਦੀ, ਹੁਣ ਨਵਾਂ ਵੰਡ ਕਰਕੇ ਵਧੀਆ ਪਾਣੀ ਉੱਪੜ ਰਿਹਾ, ਪੂਰੀ ਟੇਲ ਸਹੀ ਚੱਲ ਰਹੀ ਹੈ, ਸਾਡੇ ਧਰਤੀ ਹੇਠਲੇ ਪਾਣੀ ਨਰਮ ਹੈਗੇ। ਉਹਦੇ ਵਿੱਚ ਮਤਲਬ ਉਹਨਾਂ ਦਾ ਧੰਨਵਾਦ ਕਰਦੇ ਸਰਕਾਰ ਦਾ। ਤੇ ਲਿਫਟ ਸਕੀਮ ਹੈ ਜਿਵੇਂ ਉਹਦੀ, ਅਸੀਂ ਵਿਚੇ ਮੀਏ ਦੇ ਲੋਕਾਂ ਨਾਲ ਰਲ ਕੇ ਵਧੀਆ ਸੇਵਾ ਨਾ ਆ ਰਹੇ, ਅੱਗੇ ਤੋਂ ਨਿਭਾਉਂਦੇ ਰਹਾਂਗੇ। ਅੱਗੇ ਆ ਗਿਆ ਜੀ ਆਪਣਾ ਇਹ ਵਾਟਰ ਬਾਕਸ, ਵਾਟਰ ਬਾਕਸ ਚ ਸਾਡੇ 37 ਲੱਖ ਰੁਪਇਆ MLA ਸਾਹਿਬ ਨੇ ਦਿੱਤਾ ਹੈ ਤੇ ਉਹ ਟੈਂਡਰ ਲਵਾ ਕੇ ਅਸੀਂ ਦੁਬਾਰੇ ਉਹਦੀ ਨਵੇਂ ਵਰਗੇ ਕਰਤਾ ਜੀ, ਡੱਗ ਡੁੱਗ ਨਵੇਂ ਬਣਾਤੇ ਤੇ ਮੋਟਰਾਂ ਨਵੀਆਂ ਹੋ ਗਈਆਂ, ਉਹਨੂੰ ਸੋਲਰ ਸਿਸਟਮ ਕਰਤਾ ਵੀ ਬਿਜਲੀ ਦਾ ਝੰਝਟ ਨਾ ਰਹੇ, ਹੋ ਸਕਿਆ ਉੱਥੇ ਜੇ ਪਾਣੀ ਚੰਗਾ ਨਿਕਲਿਆ ਤਾਂ ਇੱਕ ਪੰਪ ਵੀ ਲਾਵਾਂਗੇ ਵੀ ਤਾਂ ਜੋ ਨਹਿਰੀ ਪਾਣੀ ਦੀ ਕਮੀ ਨਾ ਆਵੇ। ਜਦੋਂ ਬੰਦੀ ਵਿੱਚ ਬਹੁਤ ਔਖਾ ਹੋ ਜਾਂਦਾ, SC ਪਰਿਵਾਰਾਂ ਨੂੰ ਬਹੁਤ ਔਖਾ ਹੋ ਜਾਂਦਾ ਜੀ, ਇਹ ਉਹ ਵਾਟਰ ਬਾਕਸ ਤੇ ਨਿਰਭਰ ਹੈਗੇ। ਉਦੋਂ ਅੱਗੇ ਆਪਣਾ ਜਿਵੇਂ ਗਾਲੀਆਂ ਦਾ ਪਾਣੀ ਦਾ ਨਿਕਾਸ ਸਾਡੇ ਨਾ ਪਹਿਲਾਂ ਨਹਿਰੀ ਸੂਏ ਵਿੱਚ ਪੈਂਦਾ ਜੀ, ਸਾਡੇ ਧਰਤੀ ਚ ਜੀ ਲੈਵਲ ਉੱਚਾ ਹੈ ਜ਼ਮੀਨ ਦਾ, ਉਹਦੇ ਚੋਂ ਅਸੀਂ ਬੰਦ ਕਰਕੇ ਹੁਣ ਸੀਵਰੇਜ ਅੱਧੇ ਕੁ ਪਿੰਡ ਚ ਤਾਂ ਪਾਤਾ, ਬਾਕੀ ਸੀਵਰੇਜ ਪਾਵਾਂਗੇ ਸਾਰੇ ਤਕਰੀਬਨ ਪਿੰਡ ਚ,
जिथे भी जरूरत है जिथे कोई ओदू बाद की गल रहेगी जे कोई आप हो कर सकते जी इधर असि स्टेडियम बनावांगे जी 4 किले जमीन छड़ाई है पंचायत तो पहला जी ग्राउंड स्टेडियम सारा वो बनावांगे एक साडे स्टेडियम पहला बनिया होया ओदे विच ना दिक्कत आउंदी है जदों स्कूल दे विच बनिया होया वो मास्टरां ते बच्चियां दा ध्यान उधर जांदा जदों दिने मुंडे उत्थे खेडदे आ दिने इत्थे खेड लिया करनगे शाम नूं उत्थे खेड लिया करनगे इहदा मतलब तुसीं अपने सारे पिंड दा मंगां जो होईआं उहनूं हल करन दे लई वादा करदे हो वादा भी करदे आ जी पार्टी बाजी तों उपर उठ के कम कीता ते अगे करांगे ये मैं वचनबद्ध आ मैं किसे नाल भी गिला शिकवा नहीं करूंगा जो भैण भरा वोट पाऊ ओहदा भी धन्नवाद जो नहीं पाऊगा वो अपने जो कोई कमी हो उस कमी करके वो कमी दूर करांगे आपां की गल थोड़ा चोन निशान की है साडे दर्शकां नूं जरूर दसो आपदे पिंड वासियां नूं भी साडा चोन निशान ते मोहरां लाउण दिन तां दो ही रह गए चोन निशान अपना जी बाल्टी ठीक है सौखा निशान है सारा दिन मावा भैणा बाल्टियां नाल कम कर दियां वीरां नूं भी पता है बाल्टी अपने सारा दिन कम आउंदी है ते उस करके असीं आसान जिहा चोन निशान लिया बिलकुल आपां इन्हां ने जो दस्या उहदे मुताबिक आपां पिंड वासी खड़े आ मेरे कोल आपां गल्लबात करदे आ हांजी की नाम तुहाडा जी मेरा नाम जी कौल सिंह है जी कौल सिंह जो इह मतलब कहा तुहानूं लगदा भी विकास करो बिलकुल सही काम करूगा बहुत सूझवान पढ़िया लिखिया मुंडा जी योग है इहदा पिछला जिहड़ा योगदान इतों पहले चलिया वोटां तों बिना इहने काम करे ने उह बड़े वधिया करे ने जी मेरा मन बड़ा खुश है जी इहते इहदे नाल जी साडे पिंड दे विचों जी अकाली दल कांग्रेस आप आले सारिया ने इन्हू रल मिल के खड़ा करे चोन मैदान चारे जी जितावे वोटा पावे बाल्टी के निशान से मोहरा लावे जी घर घर भाई जी की नाम तो बहुत विकास हो रहा जी अगे भी कर पहुंचते जिथे भी कोई सवाल पाउंदा मेरा नाम बलविंदर सिंह है वोटा पा के जितावे सानू पूरा भरोसा है आपने विकास भी करांगे देश की सेवा भी करी है हुण भी साडा इह पिंड दा विकास ਪਲਕੌਰ ਮੈਂ ਟਾਂਡੀਆਂ ਪਿੰਡ ਵਿੱਚ ਰਹਿ ਰਹੀ ਹਾਂ ਮੈਂ 4 ਨੰਬਰ ਵਾਰਡ ਤੋਂ ਚੋਣ ਲੜ ਰਹੀ ਹਾਂ ਜਿਸ ਤਰ੍ਹਾਂ ਗੁਰਪ੍ਰੀਤ ਜੀ ਨੇ ਕੰਮ ਗਿਣਾਏ ਪਿੰਡ ਦੇ ਵਿਕਾਸ ਕਰਨਾ 1 ਨੰਬਰ ਵਾਲਾ ਤੁਸੀਂ ਕੀ ਕਹਿਣਾ ਚਾਹੁੰਦੇ ਨਾਲੇ ਮੈਂਬਰ ਵੀ ਖੜੇ ਹੋ ਕਿਸ ਤਰ੍ਹਾਂ ਇਹਨਾਂ ਦਾ ਸਾਥ ਦਿਓ ਅਸੀਂ ਜੋ ਗੁਰਪ੍ਰੀਤ ਨੇ ਕੰਮ ਗਿਣਾਏ ਉਹਦੇ ਨਾਲ ਅਸੀਂ ਪੂਰਾ ਸਹਿਮਤ ਹਾਂ ਤੇ ਪੂਰੀ ਉਹਦੀ ਸਪੋਰਟ ਦੇਵਾਂਗੇ ਤੇ ਅਸੀਂ ਟਾਂਡੀਆਂ ਪਿੰਡ ਨੂੰ 1 ਨੰਬਰ ਬਣਾਉਣਾ ਚਾਹੁੰਦੇ ਹਾਂ ਬਿਲਕੁਲ ਤੁਹਾਡਾ ਚੋਣ ਨਿਸ਼ਾਨ ਵਗੈਰਾ ਕੀ ਕੀ ਤੁਹਾਡਾ ਆਪਣਾ ਜੀ ਮੇਰਾ ਚੋਣ ਨਿਸ਼ਾਨ ਹੈਗਾ ਪ੍ਰੈਸ ਕਿਹੜੀ ਵਾਰਡ ਨੰਬਰ ਜੀ ਮੈਂ 4 ਨੰਬਰ ਵਾਰਡ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਸਰ ਅਪੀਲ ਕਰਨਾ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦੀ ਹਾਂ ਵੀ ਮੈਨੂੰ ਵੋਟ ਵੱਧ ਤੋਂ ਵੱਧ ਮੈਨੂੰ ਸਰਪੰਚ ਨੂੰ ਸਾਰ ਨੂੰ ਵੀ ਵੋਟ ਵੱਧ ਤੋਂ ਵੱਧ ਚਾਹੀਦੇ ਪਾਓ ਤੇ ਉਸ ਤੋਂ ਬਾਅਦ ਅਸੀਂ ਜੋ ਕੰਮ ਕਰਨੇ 1 ਨੰਬਰ ਬਣਾ ਕੇ ਪਿੰਡ ਦਾ ਵਿਕਾਸ ਹਾਂਜੀ ਭੈਣ ਜੀ ਕੀ ਨਾਮ ਤੁਹਾਡਾ ਕੋਲ ਬੋਲ ਪਛਾਣ ਕੀ ਨਾਮ ਜੀ ਵੀਰਪਾਲ ਜੀ ਕਿਹੜਾ ਪਿੰਡ ਜੀ ਟਾਂਡੀਆਂ ਜੀ ਕੀ ਕਹਿਣਾ ਚਾਹੁੰਦੇ ਹੋ ਸਰਪੰਚ ਨੇ ਜੋ ਕੰਮ ਗਿਣਾਇਆ ਲੱਗਦਾ ਸਾਨੂੰ ਵੀ ਵਿਕਾਸ ਕਰਨੇ ਇਹਨਾਂ ਜੀ 2 ਸਾਲ ਹੋ ਗਏ ਕਰਦੇ ਨੂੰ ਸਾਨੂੰ ਇਹਦੀ ਪੂਰੀ ਤਰੀਕ ਵੀ ਸਾਡੇ ਕੰਮ ਬੰਦਾ ਕਰੂਗਾ ਠੀਕ ਹੈ ਜੀ ਹਾਂਜੀ ਕੀ ਨਾਮ ਤੁਹਾਡਾ ਜੀ ਇੰਦਰਜੀਤ ਕੌਰ ਹਾਂ ਕੀ ਕਹਿਣਾ ਚਾਹੁੰਦੇ ਹੋ ਸਰਪੰਚ ਕਰੂਗਾ ਕੰਮ ਬੱਚਾ ਹਾਂਜੀ ਬਿਲਕੁਲ ਕਰੂਗਾ ਜੀ ਹਾਂਜੀ ਕੀ ਨਾਮ ਮਾਤਾ ਜੀ ਗੁੱਡੀ ਹੈ ਹਾਂ ਲੱਗਦਾ ਵੋਟਾਂ ਪਾਉਂਗੇ ਨਾ ਹਾਂ ਹਾਂਜੀ ਭਾਜੀ ਕੀ ਨਾਮ ਹਾਂ ਕੀ ਨਾਮ ਜੀ ਦਵਿੰਦਰ ਕੌਰ ਜੀ ਹਾਂ ਪਾਉਂਗੇ ਵੋਟਾਂ ਹਾਂ ਵੋਟਾਂ ਪਾਉਂਗੇ ਲੱਗਦਾ ਵਿਕਾਸ ਕਰ ਦੇਣਗੇ ਹਾਂਜੀ ਹਾਂਜੀ ਪਾਵਾਂ ਜੀ ਹਾਂਜੀ ਮੈਂ ਇਹਦੀ ਮਾਤਾ ਜੀ ਹਾਂ ਬਿਲਕੁਲ ਲੱਗਦਾ ਸਾਨੂੰ ਵੀ ਤੁਹਾਡਾ ਮੁੰਡਾ ਕੰਮ ਹਾਂਜੀ ਮੇਰਾ ਬੇਟਾ ਹੈ ਹਾਂਜੀ ਸਾਲ ਇਹਨਾਂ ਨੂੰ 1 ਹੋ ਗਿਆ ਪਿੰਡ ਦੇ ਸੁਧਾਰ ਕਰਦਿਆਂ ਨੂੰ ਤੇ ਅੱਗੇ ਵੀ ਕਰਨਗੇ ਤੇ ਸਾਰੇ ਪਿੰਡ ਦੀ ਸਪੋਰਟ ਵੀ ਬਹੁਤ ਅੱਛੀ ਹੈ ਇਹਦੇ ਮਗਰ ਮਾਤਾ ਜੀ ਸਹਿਮਤ ਹੋ ਇਹਨਾਂ ਨਾਲ ਹਾਂਜੀ ਮੈਂ ਅੰਗਰੇਜ਼ ਕੋਰਾ ਸਾਰੇ ਵਧੀਆ ਕੰਮ ਚਲਾ ਰਿਹਾ ਹੈ ਇਹ ਬੱਚਾ ਬਿਲਕੁਲ ਇਹ ਸਨ ਪਿੰਡ ਦੀਆਂ ਔਰਤਾਂ ਜਿਨ੍ਹਾਂ ਨੇ ਦੱਸਿਆ ਕਿ ਜੋ ਗੁਰਪ੍ਰੀਤ ਸਿੰਘ ਹੈ ਉਹ ਕੰਮ ਹੈ ਪਿੰਡ ਦੇ ਜਿਹੜੇ ਉਹ ਵਧੀਆ ਕਰਨਗੇ ਔਰ ਇਹਦੇ ਨਾਲ ਪਿੰਡ ਨੂੰ ਅਸੀਂ 1 ਨੰਬਰ ਦਾ ਪਿੰਡ ਬਣਾਵਾਂਗੇ ਕੈਮਰਾਮੈਨ ਕਮਲ ਦੇ ਨਾਲ ਲਖਵਿੰਦਰ ਸ਼ਰਮਾ